ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪੰਜਾਬੀ ਮੀਨੀਆਂ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਕਲਿੱਕ ਕਰੋ ਬੈਲ ਆਈਕਨ ਫਾਈਨਲੀ ਅੱਜ ਦੂਜਾ ਦਿਨ ਸੀਗਾ ਜਲਵਾਯੂ ਨੁਕਲੀਵ ਦਾ ਬਹੁਤ ਸਾਰਾ ਪਿਆਰ ਮਿਲ ਰਹਾ ਹੈ ਤੇ ਪੂਰੀ ਸਟਾਰ ਕਾਸਟ ਟੀਮ ਮੇਰੇ ਨਾਲ ਹੈ ਅੱਜ ਕੁਝ ਨਵੇਂ ਚਿਹਰੇ ਵੀ ਨਾਲ ਐਡ ਕੀਤੇ ਹਨ ਸਾਰਥੀ ਕੇ ਵੀਰਾ ਵੀ ਸਪੈਸ਼ਲੀ ਮੂਵੀ ਦੇਖਣ ਆਇਆ ਪਹਿਲਾਂ ਤਾਂ ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਵੀਰੇ ਬਹੁਤ ਬਹੁਤ ਥੈਂਕ ਯੂ ਜੀ ਤੇ ਅੱਜ ਪਹਿਲਾਂ ਮੈਂ ਸਾਰਥੀ ਵੀਰੇ ਤੋਂ ਗੱਲ ਸ਼ੁਰੂ ਕਰਾਂਗਾ ਵੀਰੇ ਤੁਸੀਂ ਅੱਜ ਮੂਵੀ ਸ਼ੋਅ ਦੇਖਣ ਆਏ ਹੋ ਸੱਚੀ ਦੱਸਿਓ ਕਿਵੇਂ ਦਾ ਫੀਲ ਕੀਤਾ ਮੈਨੂੰ ਬਹੁਤ ਘੈਂਟ ਲੱਗਿਆ ਮਤਲਬ ਅਸੀਂ ਦੇਖਦੇ ਹੁੰਨੇ ਆ ਨਾ ਕਈ ਵਾਰੀ ਸਾਨੂੰ ਫੇਕਨੈਸ ਜੀ ਲੱਗਦੀ ਹੁੰਦੀ ਹੈ ਕਿਤੇ ਫਿਲਮ ਬੋਰ ਕਰਦੀ ਹੁੰਦੀ ਹੈ ਜਾਂ ਕੋਈ ਵੀ ਕਰੈਕਟਰ ਤੁਹਾਨੂੰ ਬੋਰ ਕਰ ਦਿੰਦਾ ਮਤਲਬ ਫਿਲਮ ਐਦਾਂ ਬੰਨੀ ਹੋਈ ਆ ਵੀ ਤੁਹਾਨੂੰ ਲੱਗਦਾ ਹੀ ਨਹੀਂ ਹੈ ਨਾ ਵੀ ਤੁਸੀਂ ਮਤਲਬ ਫਿਲਮ ਚ ਤੁਹਾਨੂੰ ਲੱਗਦਾ ਤੁਸੀਂ ਰਿਐਲਿਟੀ ਚ ਫਿਰਦੇ ਹੋ ਤੁਰੇ ਹੈ ਨਾ ਤੇ ਜੋ ਨੇ ਐਕਟ ਕੀਤਾ ਤੇ ਮੈਂ ਤਾਂ ਇਹੀ ਕਹੂੰਗਾ ਕਿ ਸਾਡੀ ਇੰਡਸਟਰੀ ਨੂੰ ਇੱਕ ਹੋਰ ਕੈਂਡ ਹੀਰੋ ਜਿਹੜਾ ਮਿਲਿਆ ਹੈ ਨਾ ਸੋ ਬਹੁਤ ਕੈਂਡ ਕੀਤਾ ਇਹਨਾਂ ਨੇ ਵੀ ਬਹੁਤ ਸੋਹਣਾ ਕੀਤਾ ਨਾ ਮਤਲਬ ਇੰਨਾ ਕੈਂਡ ਐਕਟ ਮੈਂ ਵਧੀਆ ਮੈਨੂੰ ਬਹੁਤ ਸੱਚੀ ਦਿਲੋਂ ਬਹੁਤ ਪਿਆਰ ਦਿਲੋਂ ਬਹੁਤ ਹੈ ਨਾ ਤੇ ਸਾਡੀ ਦਿਲੋਂ ਰਿਸਪੈਕਟ ਆ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਸਿਨੇਮਾ ਹੋਰ ਗਰੋਥ ਕਰੇ ਨਾ ਸੋ ਬਹੁਤ ਸਾਰੀਆਂ ਬਲੇਸਿੰਗ ਸਾਡੇ ਭਰਾ ਨੂੰ ਜਿੱਥੇ ਕਹੂਗਾ ਅਸੀਂ ਇਹਦੇ ਨਾਲ ਖੜੇ ਆ ਇਹ ਗੱਲ ਬੜੀ ਮਾਨ ਵਾਲੀ ਗੱਲ ਹੁੰਦੀ ਜਦੋਂ ਭਰਾਵਾਂ ਵੱਲੇ ਇਦਾਂ ਦੇ ਕਮੈਂਟਸ ਮਿਲਦੇ ਆ ਜਦੋਂ ਮੂਵੀ ਸਟਾਰਟ ਹੁੰਦੀ ਆ ਤਾਂ ਲਾਸਟ ਤੱਕ ਪੂਰੇ ਸੀਨ ਤੁਸੀਂ ਦੇਖੇ ਹੋਣੇ ਆ ਇਕਲਗਲ ਡਾਇਲੋਗ ਵੀ ਸਿਓਣੇ ਹੋਣਾ ਤੁਹਾਨੂੰ ਸਭ ਤੋਂ ਬੈਸਟ ਪਾਰਟ ਕਿ ਲੱਗਿਆ ਤਾਂ ਜੋ ਤੁਹਾਨੂੰ ਫਿਲਮ ਸ਼ੁਰੂ ਹੋਣ ਤੇ ਇਹ ਲੱਗਦਾ ਸੀਗਾ ਕਿ ਗੁਰਜਾਇਸ ਆਹ ਚੀਜ਼ ਕਰੂਗਾ ਪੂਰਾ ਨਿਭਾਇਆ ਇਹਨਾਂ ਨੇ ਮੈਂ ਕਹਿੰਨਾ ਪੂਰਾ ਮਤਲਬ ਇੱਕ ਜਿਹੜਾ ਉਹ ਪੀਜੀ ਵਾਲਾ ਸੀਨ ਹੈ ਹੈਨਾ ਉਹ ਇਹਨੂੰ ਮੈਂ ਉਸ ਦਿਨ ਵੀ ਅਸੀਂ ਇੱਥੇ ਸ਼ੋਅ ਤੇ ਇਕੱਠੇ ਹੋਏ ਸੀ ਅਸੀਂ ਮੈਨੂੰ ਕਿਹਾ ਮੈਂ ਕਿਹਾ ਯਾਰ ਵੀ ਮੈਂ ਕਿਹਾ ਇੱਕ ਇੱਕ ਟੋਨ ਹੁੰਦੀ ਹੈ ਥੋੜੀ ਹੈਨਾ ਇੱਕ ਸਾਡਾ ਸਿਨੇਮਾ ਜੋ ਬੇਸ ਟੋਨ ਭਾਲਦਾ ਸੋ ਉਹ ਟੋਨ ਹੈਗੀ ਇਹਦੀ ਤੇ ਉਸ ਦਿਨ ਵੀ ਮੈਂ ਗੱਲ ਕਰੀ ਸੀ ਮੈਂ ਕਿਹਾ ਜਿਹੜੀ ਜਿਹੜੀ ਟੋਨ ਆਈ ਹੈ ਨਾ ਜਦੋਂ ਕਹਿੰਦਾ ਵੀ ਹਾਂ ਪੀਜ਼ਾ ਸਾਲਿਆ ਬਿਲਡਿੰਗ ਬੰਦ ਹੈ ਨਾ ਤੂੰ ਅੰਦਰ ਵੜ ਤਾ ਤੇ ਉਹ ਮੈਨੂੰ ਬਹੁਤ ਗੈਂਡ ਲੱਗਿਆ ਤੇ ਬਹੁਤ ਫਨੀ ਤੇ ਮਤਲਬ ਇੱਕ ਤੁਹਾਨੂੰ ਐ ਲੱਗਦਾ ਕਿ ਯਾਰ ਵੀ ਤੁਸੀਂ ਸੱਚੀ ਆਪ ਹੀ ਫਿਲਮ ਚ ਬੈਠੇ ਹੋ ਆਪ ਹੀ ਬੈਠੇ ਹੋ ਅੱਛਾ ਸਟੋਰੀ ਦਾ ਬੈਸਟ ਪਾਰ ਜਿਵੇਂ ਸਟੋਰੀਸ ਆਲ ਓਵਰ ਪੂਰੇ ਲਾਕਡਾਊਨ ਦੇ ਆਲੇ-ਦੁਆਲੇ ਘੁੰਮ ਰਹੀ ਹੈ ਇੱਕ ਲਵ ਸਟੋਰੀ ਵੀ ਦਿਖਾਈ ਗਈ ਹੈ ਤੇ ਉਹਦੇ ਵਿੱਚ ਕੁਝ ਰਿਲੇਸ਼ਨਸ਼ਿਪ ਵੀ ਬੜੇ ਪਿਆਰੇ ਪਿਆਰੇ ਦਿਖਾਏ ਗਏ ਆ ਹਰ ਇੱਕ ਤਰ੍ਹਾਂ ਦਾ ਰਿਲੇਸ਼ਨ ਨੂੰ ਮੁੱਖ ਰੱਖਿਆ ਗਿਆ ਆ ਉਹ ਚੀਜ਼ ਨੂੰ ਤੁਸੀਂ ਕਿਦਾਂ ਫੀਲ ਕਰਦੇ ਹੋ ਜਾਂ ਉਹ ਚੀਜ਼ ਨੂੰ ਤੁਸੀਂ ਕਿਦਾਂ ਦੇਖਦੇ ਹੋ ਕਿ ਵਾਕਿਆ ਹੀ ਇਹ ਮੂਵੀ ਇਦਾਂ ਹੀ ਬਣਨੀ ਚਾਹੀਦੀ ਸੀ ਇਹਦੇ ਨਾਲ ਦੀਆਂ ਹੋਰ ਮੂਵੀਜ਼ ਵੀ ਇਦਾਂ ਹੀ ਆਉਣੀਆਂ ਚਾਹੀਦੀਆਂ ਬਿਲਕੁਲ ਉਹਦੇ ਵਿੱਚ ਜਿੱਦਾਂ ਕੀ ਹੁਣ ਉਹ ਦੱਸਿਆ ਪਿਆਰ ਹਨਾ ਪਿਆਰ ਵੀ ਮਤਲਬ ਜ਼ਰੂਰੀ ਨਹੀਂ ਹੁੰਦਾ ਕਿ ਤੁਹਾਨੂੰ ਮਤਲਬ ਵੀ ਜੇ ਤੁਹਾਨੂੰ ਕੋਈ ਬੰਦਾ ਮਤਲਬ ਤੁਸੀਂ ਪਿਆਰ ਕਿਸੇ ਨਾਲ ਵੀ ਕਰ ਸਕਦੇ ਹੋ ਹਨਾ ਉਹ ਤੁਹਾਨੂੰ ਕਿਸੇ ਨਾਲ ਵੀ ਹੋ ਸਕਦਾ ਤੁਹਾਨੂੰ ਆਪਣੀ ਨੇਚਰ ਨਾਲ ਪਿਆਰ ਹੋ ਸਕਦਾ ਕਿਸੇ ਨਾਲ ਵੀ ਪਿਆਰ ਹੋ ਸਕਦਾ ਪਰ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਜੋ ਅੱਜ ਦੇ ਹਿਸਾਬ ਨਾਲ ਯੂਥ ਦੇ ਤਰੀਕੇ ਨਾਲ ਵਧੀਆ ਦਿਖਾਇਆ ਹਨਾ ਸੋ ਜਿਹੜੀਆਂ ਉਹ ਚੀਜ਼ਾਂ ਯੂਜ਼ ਕੀਤੀਆਂ ਜਿਵੇਂ ਇਹਦਾ ਘਰ ਅਲੱਗ ਦਿਖਾਇਆ ਉਹਨਾਂ ਦਾ ਘਰ ਅਲੱਗ ਦਿਖਾਇਆ ਹਨਾ ਉਹ ਪਤਾ ਲੱਗਦਾ ਵੀ ਹਾਂ ਵੀ ਜੈਨੂਨ ਚੀ ਲੱਗਦੀ ਜਿਵੇਂ ਉਹਨੂੰ ਬਣਾ ਕੇ ਪੇਸ਼ ਕਰਦੇ ਹਨ ਥੋੜਾ ਜਿਹਾ ਸੋਹਣਾ ਬਣਾ ਦੋ ਹਨਾ ਉਹ ਨੀ ਸੀ ਆਉਣਾ ਜਿਵੇਂ ਹੁਣ ਔਰ ਗਮਲੇ ਚ ਨਾ ਓਕੇ ਤੇ ਹੁਣ ਚਲੋ ਸਾਰੀ ਗੱਲਾਂ ਨੂੰ ਫਿਲਮ ਅੰਦਰ ਡਿਸਕਲੋਜ਼ ਕਰਨੀਆਂ ਨਾ ਲੈਣ ਜੋਗ ਪਦਾਰਥ ਨਹੀਂ ਹੈਗੇ ਹੁਣ ਅਸੀਂ ਨਾਲੇ ਦੂਜੀ ਗੱਲ ਹੋਰ ਹੈ ਜਿਵੇਂ ਤੁਸੀਂ ਘਰ ਦੀ ਗੱਲ ਕੀਤੀ ਤੇ ਡਾਇਰੈਕਟਰ ਸਾਹਿਬ ਨਾਲ ਮੈਂ ਗੱਲ ਕਰੂੰਗਾ ਹੁਣ ਨਾ ਮਤਲਬ ਮੁੰਡਾ ਸੋਹਣਾ ਦਾ ਮੁੰਡਾ ਵੀ ਬਹੁਤ ਹੈ ਤੁਸੀਂ ਘਰ ਬਿਲਕੁਲ ਹੀ ਰੁੱਖਾ ਜਿਹਾ ਦਿਖਾਤਾ ਕੀ ਚੱਕਰ ਹੈ ਉਹ ਦਰਸਲ ਵੀਰੇ ਘਰ ਇਹਨਾਂ ਦੇ ਨਹੀਂ ਸੀ ਨਾ ਉਹ ਇਹ ਤਾਂ ਆਪ ਆਇਆ ਸੀ ਉੱਥੇ ਉਹ ਜਿਨ੍ਹਾਂ ਦਾ ਘਰ ਸੀਗਾ ਉਹ ਤਾਂ ਦਿਖਾਈ ਨਹੀਂ ਪਾਇਆ ਮੈਂ ਜੀ ਜੀ ਉਹ ਅਗਲੇ ਪਾਰਟ ਤੇ ਦਿਖਾਵਾਂਗੇ ਅੱਛਾ ਨੈਕਸਟ ਪਾਰਟ ਜਾਊਗਾ ਹਾਂ ਟੋ ਵੀ ਕੰਟੀਨਿਊ ਵੀ अच्छा डायरेक्शन ਦੀ ਗੱਲ ਕਰਾਣਾ ਹਰੇ ਡਾਇਰੈਕਸ਼ਨ ਨੂੰ ਇਹ ਬੜਾ ਦਿਲ 'ਚ ਇੱਕ ਤਮੰਨਾ ਹੁੰਦੀ ਹੈ ਕਿ ਮੈਂ ਡਾਇਰੈਕਸ਼ਨ ਕਰ ਰਿਹਾ ਤੇ ਇਸ ਮੂਵੀ ਦੀ ਤਾਂ ਇਹਦੇ ਵਿੱਚ ਇਦਾਂ ਦੀ ਚੀਜ਼ਾਂ ਮੈਂ ਜ਼ਰੂਰ ਪਾਵਾਂਗੀ ਆਡੀਅנס ਹੂਟਿੰਗ ਕਰੇ ਉਹ ਸਾਰੇ ਕਮੈਂਟ ਦੇ ਉੱਪਰ ਹਰੇਕ ਸੀਨ ਨੂੰ ਦੇਖ ਕੇ ਇਹ ਕੀ ਕੀ ਥਾਟ ਸੀਗਾ ਮਾਈਂਡ ਦੇ ਵਿੱਚੋਂ ਸਟੋਰੀ ਤੁਹਾਡੇ ਕੋਲ ਪਹੁੰਚੀ ਆ ਅ ਕੋਈ ਇਦਾਂ ਦਾ ਥਾਟ ਨਹੀਂ ਸੀ ਵੀ ਇਹ ਕਹਾਣੀ ਲਿਖਦੇ ਲਿਖਦੇ ਬਸ ਫਲੋ 'ਚ ਸਿਗੀ ਲਿਖੀ ਗਈ ਓਕੇ ਤੇ ਮੈਂ ਫਿਰ ਵੀਰੇ ਨੂੰ ਮਿਲਿਆ ਜਦੋਂ ਤੇ ਵੀਰੇ ਨੇ ਪਹਿਲੀ ਵਾਰ ਕਰਨਾ ਸੀ ਤੇ ਮੈਂ ਵੀਰੇ ਦੇ ਅਕੋਰਡਿੰਗ ਸਾਰੀ ਮੋਲਡ ਕੀਤੀ ਮੈਂ ਕਿਵੇਂ ਵੀਰਾ ਕਰਦਾ ਹੈ ਤੇ ਹੂਟਿੰਗ ਦਾ ਠੀਕ ਹੈ ਪੰਜ ਵਧੀਆ ਹੋ ਗਏ ਸੀ ਮੈਨੂੰ ਪਤਾ ਸੀ ਕਿੱਥੇ ਕਿੱਥੇ ਹੂਟਿੰਗ ਹੋਣੀ ਹੈ ਕਿੱਥੇ ਕਿੱਥੇ ਹੋਣਾ ਹੈ ਈਵਨ ਸਾਨੂੰ ਸਾਰਿਆਂ ਨੂੰ ਪਤਾ ਸੀਗਾ ਸਾਨੂੰ ਸੂਟ ਸੈੱਟ ਤੇ ਪਤਾ ਲੱਗਿਆ ਸੀਗਾ ਤੇ ਸੋ ਫੂਟਿੰਗ ਹੋ ਵੀ ਰਹੀ ਹੈ ਵਧੀਆ ਲੱਗ ਰਿਹਾ ਹੈ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾ ਤੁਹਾਡੀ ਨੈਕਸਟ ਮੂਵੀ ਦਾ ਅੱਜ ਟ੍ਰੇਲਰ ਲਾਂਚ ਹੋ ਗਿਆ ਹਨਾ ਸਾਰਿਆਂ ਨੇ ਦੇਖਿਆ ਟ੍ਰੇਲਰ ਕਿਵੇਂ ਦਾ ਲੱਗਿਆ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਕੀ ਫੀਲ ਕਰ ਰਹੇ ਹੋ ਫਿਰ ਹਾਂਜੀ ਆ ਵੀਰੇ ਜਦੋਂ ਇੱਕ ਚੱਲੀ ਜਾਂਦੀ ਹੋਵੇ ਦੂਜੀ ਦਾ ਟ੍ਰੇਲਰ ਆ ਜਾਵਰ ਕਿਛੀ ਵਧੀਆ ਸੋਹਣਾ ਫੀਲ ਬਹੁਤ ਸੋਹਣਾ ਐਕਟ ਕੀਤਾ ਹਨਾ ਇੱਕ ਜਿੱਦਾਂ ਹੁਣ ਤੁਸੀਂ ਰਿਲੇਸ਼ਨ ਦੀ ਗੱਲ ਕਰਦੇ ਇੱਕ ਫਰੈਂਡਸ਼ਿਪ ਦਿਖਾਈ ਹੈ ਹਨਾ ਵੀ ਇੱਕ ਬੰਦਾ ਜਦੋਂ ਵੀ ਫਸਦਾ ਤੇ ਉਹਨੂੰ ਇੱਕੋ ਹੀ ਆਪਣਾ ਬੈਸਟ ਫਰੈਂਡ ਯਾਦ ਹੁੰਦਾ ਕਿਉਂਕਿ 2000 ਫੋਨ ਚ ਤੁਹਾਡੇ SIM ਹੁੰਦੇ ਨੇ ਹਨਾ ਨੰਬਰ ਹੁੰਦੇ ਸਾਰੀ ਨੰਬਰ ਹੁੰਦਾ ਹਨਾ ਤੇ ਜਦੋਂ ਤੁਸੀਂ ਫਸਦੇ ਹੋ ਕਿਤੇ ਵੀ ਫਸਦੇ ਹੋ ਤਾਂ ਤੁਹਾਨੂੰ ਇੱਕ ਨੰਬਰ ਐਸਾ ਹੁੰਦਾ ਜਿਹੜਾ ਤੁਹਾਡੇ ਮਾਈਂਡ ਚ ਵੀ ਹੁੰਦਾ ਤੇ ਤੁਹਾਨੂੰ ਐ ਲੱਗਦਾ ਹੁੰਦਾ ਵੀ ਮੈਂ ਉਹਨੂੰ ਹੀ ਫੋਨ ਕਰਾਂ ਯਾਰ ਹਨਾ ਵੀ ਉਹੀ ਮੇਰੇ ਕੰਮ ਆਉ ਤੇ ਜਿੱਥੇ ਮਰਜ਼ੀ ਬੈਠਾ ਹੋਵਾਂ ਮੈਂ ਤੇ ਉਹ ਦੋਸਤੀ ਵਾਲਾ ਕਰੈਕਟਰ ਬਹੁਤ ਸੋਹਣਾ ਜੀ ਕਿਸੇ ਆ ਜਾ ਹੋਵੇ ਉਹਨੂੰ ਵੱਢੀ ਤੋਂ ਵੱਡੀ ਸਲਾਹ ਤੁਹਾਨੂੰ ਲੈਣੀ ਹੈ ਅੱਛਾ ਤੁਸੀਂ ਮਮਿਕਰੀ ਕਰਨ ਚ ਤਾਂ ਓਬਵੀਅਸ ਤੁਹਾਨੂੰ ਸਾਰੇ ਜਾਣਦੇ ਆ ਮਾਨਸਾ ਵੀ ਤੁਹਾਨੂੰ ਛੇੜਦੇ ਬੰਦਾ ਬਣ ਜਾ ਬਾਈ ਦੀ ਵਿਕਰੀ ਕਰ ਲੈਨੇਓ ਨਹੀਂ ਮੈਂ ਕਰੂੰਗਾ ਹੁਣ ਸ਼ੁਰੂ ਥੋੜਾ ਟਰਾਈ 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 ਕਰ ਤੂੰ ਯਾਰ ਕਹਿੰਦਾ ਸਾਰਾ ਬਿਲਡਿੰਗ ਸੀਲ ਪਈ ਆ ਮਾਨਸਾ ਦੀ ਬਾਤ ਚ ਗਾਣਾ ਹੋ ਜੇ ਇੱਕ ਵਾਰ ਉਹ ਕਾਨੂੰ ਤੁਸੀਂ ਮਗਾਣੇ ਕੋ ਫਿਲਮ ਦੀ ਗੱਲ ਕਰਾ ਕਰੋ ਯਾਰ ਫਿਲਮ ਫਿਲਮ ਦੀ ਗੱਲ ਕਰ ਰਹੇ ਫਿਲਮ ਉਹ ਤੋਂ ਬਾਅਦ ਤੁਸੀਂ ਫਿਲਮ ਹੁਣ ਜਲਦੀ ਦੇਣੀ ਬੈਕ ਟੂ ਬੈਕ ਦੇਣੀ ਤੇ ਫਿਰ ਅਸੀਂ ਗਾਣੇ ਦੀ ਗੱਲ ਹੀ ਕਰਾਂਗੇ ਲਓ ਜੀ ਲਓ ਦਿਲ ਜਲ ਆਉਂਦਾ ਕੀ ਹੈ ਜਿੱਥੇ ਏ ਰਾਤ ਪਵੇ ਉਥੇ ਸੌਂ ਜਾਈਏ ਯਾਰ ਨਸੀਬਾਂ ਹੁੰਦੇ ਨਾਲ ਮਿਲਦੇ ਯਾਰ ਬਣਾ ਕੇ ਰੱਖ ਲੈ ਗਣਾਂ ਯਾਰ so थैंक यू थैंक यू सो मच ਗੁਰਜਾਜ ਵੀਰੇ ਅੱਜ ਸਾਰਥੀ ਵੀਰਾ ਤੁਹਾਡੇ ਨਾਲ ਮੂਵੀ ਦੇਖਣਾ ਤੁਸੀਂ ਸੈਕਿੰਡ ਡੇ ਮੂਵੀ ਦੇਖ ਰਹੇ ਹੋ ਅੱਜ ਰਿਸਪੌਂਸ ਕਿਵੇਂ ਦਾ ਮਿਲ ਰਿਹਾ ਸਾਰਥੀ ਵੀਰੇ ਦਾ ਵੀ ਆਏ ਬਹੁਤ ਬਹੁਤ ਥੈਂਕ ਯੂ ਹੋਰ ਵੀਰੇ ਆਰਨੀਤ ਵੀ ਆਇਆ ਉਹਨੂੰ ਇੰਟਰਵਲ ਤੇ ਜਾਣਾ ਪੈ ਗਿਆ ਤੇ ਬੱਬੂਮਾਨ ਵੀਰੇ ਨੇ ਵੀ ਆਉਣਾ ਸੀਗਾ ਉਹਨਾਂ ਦੀ ਸਿਹਤ ਠੀਕ ਨਹੀਂ ਗਈ ਤਾਂ ਕਰਕੇ ਆਏ ਨਹੀਂ ਪਰ ਬਾਈ ਮਨੀਸ਼ ਸ਼ਰਮਾ ਜੀ ਆਏ ਸੀਗੇ ਬੱਬੂਮਾਨ ਤੇ ਬਲੇਸਿੰਗਸ ਭੇਜੀਆਂ ਬਾਈ ਨੇ ਤੇ ਹੋਰ ਵੀ ਮੇਰੇ ਭਰਾ ਰਣਵੀਰ ਗੁਰਚੇਲ ਸਾਰੀ ਮੈਂ ਬਲਾਈ ਤੇ ਸਾਰੇ ਜਣੇ ਨਿੱਕੇ ਸੱਦੇ ਤੇ ਆਏ ਬਹੁਤ ਬਹੁਤ ਥੈਂਕ ਯੂ ਤੇ ਰਿਸਪੌਂਸ ਵਧੀਆ ਆ ਰਿਹਾ ਚਾਰਚ ਫਿਰੋ ਬਾਕੀ ਤੁਸੀਂ ਕਵਰ ਕਰ ਰਹੇ ਹੋ ਤੁਹਾਨੂੰ ਜਿਆਦਾ ਪਤਾ ਸਾਡੇ ਨਾਲ ਬਿਲਕੁਲ ਬਿਲਕੁਲ ਬੋਲਿਗਾ ਕੱਲ ਹੂਟਿੰਗ ਸੁਣ ਕੇ ਗਏ ਤੁਸੀਂ ਆਪਣੇ ਇਕੱਲੇ ਇਕੱਲੇ ਡਾਇਲੌਗਸ ਦੇ ਉੱਪਰ ਸੱਚੀ ਦੱਸੋ ਰਾਤ ਜਾਗ ਨੀਂਦ ਆ ਗਈ ਸੀ ਨੀਂਦ ਹਾਂ ਦੈਟਸ ਅ ਟਾਪ ਕੁਐਸਚਨ ਐਕਸਾਈਟਮੈਂਟ ਹੋ ਰਹੀ ਥੀ ਐਂਡ ਮੈਂ ਅੱਜ ਦਾ ਵੇਟ ਕਰ ਰਹੀ ਥੀ ਔਰ ਅੱਜ ਵੀ ਉਨਾ ਹੀ ਅੱਛਾ ਰਿਸਪੌਂਸ ਮਿਲਾ ਤੋ ਮੈਂ ਬਹੁਤ ਬਹੁਤ वो मैं बड़ा बेस्ट <laughs> 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 ਤੁਸੀਂ ਬੋਲ ਦੋ ਬੀ ਪਲਾ ਦਾਂਗੇ ਆਪਾਂ ਮੈਂ ਸਾਹਮਣੇ ਜਾਰੇ ਬੀ ਬੀ ਵਾਲੀ ਗੱਲ ਤੇ ਸਾਰੇ ਸਮਝ ਗਿਆ ਥੋੜਾ ਥੋੜਾ ਕਿਹੜਾ ਪੀਜੀ ਵਾਲੀ ਟੈਗ ਕਰ ਰਹੇ ਆ ਸਾਰੇ ਜਣੇ ਉਹ ਜਦੋਂ ਭੱਜਿਆ ਆ ਰਹੇ ਉਹਦੇ ਤੇ ਹੀ ਟੈਗ ਕਰ ਰਹੇ ਉਹ ਸਾਰੇ ਟੈਗ ਕਰੀ ਜਾਂਦੇ ਨੇ ਉਹਦੇ ਅੱਡੀ ਇੰਸਟਾਗ੍ਰਾਮ ਤੇ ਅੱਡੇ ਦਿਖ ਜਾਂਦਾ ਉਹ ਉਹੀ ਸਾਰੇ ਉਹੀ ਕੱਲ ਦਾ ਉਹੀ ਚੱਲ ਰਿਹਾਗਾ ਤੇ ਮਿੰਟੂ ਆਪਾਂ ਨੂੰ ਕਿਹੜਾ ਅਟੈਕ ਜਿਆਦਾ ਆ ਰਿਹਾ ਮੈਨੂੰ ਤਾਂ ਬਈ ਸਾਰੀ ਆਈ ਜਾਂਦੇ ਨੇ ਮੈਨੂੰ ਤਾਂ ਵੀਰੇ ਦਾ ਇੱਕ ਇੱਕ ਡਾਇਲੋਗ ਵਧੀਆ ਐਕਚੁਅਲੀ ਜੀ ਸਾਰੀਆਂ ਚੀਜ਼ਾਂ ਤੇ ਤਾੜੀਆਂ ਵੱਜੀਆਂ ਦੀਆਂ ਇੱਕ ਇੱਕ ਡਾਇਲੋਗ ਤੇ ਹਨਾ ਉਹ ਜਿਹੜੀ ਉਹਨਾਂ ਦੀ ਕਨਫਿਊਜ਼ਨ ਹੈ ਨਾ ਉਹ ਬਸ ਡਾਇਲੋਗ ਤੇ ਸਾਰਿਆਂ ਨੂੰ ਹਾਸਾ ਆਉਂਦਾ ਹੀ ਆਉਂਦਾ ਹਰ ਡਾਇਲੋਗ ਤੇ ਤੇ ਇਹੋ ਜਿਹੀਆਂ ਹੀ ਫਿਲਮਾਂ ਬਣਨੀਆਂ ਚਾਹੀਦੀਆਂ ਜਿਹੜੀ ਤੁਹਾਨੂੰ ਇੱਕ ਵੀ ਪੁਆਇੰਟ ਤੇ ਨਾ ਲੱਗੇ ਵੀ ਡ੍ਰੈਗ ਹੋ ਰਹੀ ਆ ਜਾਂ ਟਾਈਮ ਦੇਖ ਲਈਏ ਕਿੰਨਾ ਹੋ ਜਾਏ ਜਦੋਂ ਇੰਟਰਵਲ ਹੁੰਦਾ ਇੱਕਦਮ ਲੱਗਦਾ ਵੀ ਕਿਉਂ ਹੋਇਆ ਹਨਾ ਜਦੋਂ ਖਤਮ ਹੁੰਦੀ ਆ ਲੱਗਦਾ ਕਿਉਂ ਹੋਗੀ ਆਪਾਂ ਨੂੰ ਕਿਹੜਾ ਜ਼ਿਆਦਾ ਰਿਸਪੌਂਸ ਕਿਹੜੇ ਡਾਇਲੋਗ ਦਾ ਮਿਲ ਰਿਹਾ ਵੀ ਭਾਈਆ ਫਿਰ ਫੇਵਰੇਟਾ ਇੱਕ ਉਹ ਮਿਲਦਾ ਜੀ ਇਸਨੇ ਭਾਬੀ ਕੋ ਬੋਲਾ ਇੱਕ ਉਹ ਵਾਲਾ ਤੇ ਮਿਲ ਰਿਹਾ ਜੀ ਸ਼ਟ ਅਪ ਜਲ ਬਾਜੂ ਨਹੀਂ ਜਲਵਾਯੂ ਹੁੰਦਾ ਹੈ ਬਸ ਆਲੋ ਵਿਸ਼ ਯੂ ਗੁੱਡ ਲੱਕ ਸਾਰੀ ਟੀਮ ਨੂੰ ਬਹੁਤ ਬਹੁਤ ਦੁਆਵਾਂ ਹਨਾ ਤੇ ਸਾਡੀਆਂ ਇਹੀ ਦੁਆਵਾਂ ਹੈ ਕਿ ਇਦਾਂ ਦੀਆਂ ਹੀ ਪਿਆਰੇ ਪਿਆਰੇ ਕਨਸੈਪਟ ਲਿਖਦੇ ਰਹੋ ਸਾਨੂੰ ਦਿਖਾਉਂਦੇ ਰਹੋ ਜੇ ਅਸੀਂ ਬੋਰ ਨਾ ਹੋਈਏ ਹਨਾ ਵਾਰ-ਵਾਰ ਰਿਵਿਊ ਕਰਨ ਦਾ ਦਿਲ ਕਰੇ ਵਾਰ-ਵਾਰ ਇੰਟਰਵਿਊ ਕਰਨ ਦਾ ਦਿਲ ਕਰੇ ਥੈਂਕ ਯੂ ਸੋ ਮਚੀ ਜੀ